ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ, ਅੱਜ ਮੈਂ ਸਮੂਹ ਪੰਜਾਬ ਵਾਸੀਆਂ ਨੂੰ, ਸਿੱਖ ਸੰਗਤਾਂ ਨੂੰ, ਦੇਸ਼ ਵਾਸੀਆਂ ਨੂੰ ਯਾਦ ਦਿਲਾਉਣਾ ਚਾਹੁੰਦਾ ਹਾਂ। ਸਾਕਾ ਘੱਲੂਘਾਰਾ ਸਾਹਿਬ 1 ਜੂਨ ਦਾ ਵਾਕਿਆ। ਆਪਣੇ ਪੰਜਾਬੀਆਂ ਨੂੰ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਹੈ, ਕਿਉਂਕਿ ਅਸੀਂ ਪੰਜਾਬੀ ਜਿਹੜੇ ਹਨ ਕਿਸੇ ਦੇ ਕੀਤੇ ਹੋਏ ਜ਼ੁਲਮਾਂ ਨੂੰ ਬਹੁਤ ਛੇਤੀ ਭੁੱਲ ਜਾਂਦੇ ਹਾਂ। ਇਸ ਕਰਕੇ ਅੱਜ ਯਾਦ ਦਿਲਾਉਣਾ ਚਾਹੁੰਦਾ ਹਾਂ ਸਾਕਾ 1 ਜੂਨ ਦਾ, ਜਿਸ ਵਿੱਚ ਇੰਦਰਾ ਗਾਂਧੀ ਨੇ ਜਦੋਂ ਦੇਖਿਆ ਕਿ 1984 ਦੀਆਂ ਇਲੈਕਸ਼ਨ ਜਿਹੜੀ ਹੈ ਨੇੜੇ ਆ ਰਹੀ ਹੈ ਅਤੇ ਮੈਂ ਇਲੈਕਸ਼ਨ ਜਿਹੜੀ ਹੈ ਜਿੱਤਣੀ ਹੈ, ਉਸ ਨੇ ਕੀ ਵਿਉਂਤ ਬਣਾਈ ਕਿ ਮੈਂ ਇਹਨਾਂ ਵੱਖਵਾਦੀਆਂ ਸਿੱਖ ਕੌਮ ਦਾ ਖਾਤਮਾ ਕਰਕੇ ਅਤੇ ਮੈਂ ਹਿੰਦੂ ਵੀਰਾਂ ਦੀ, ਬਾਕੀ ਜਨਤਾ ਦੀ ਜਿਹੜੀ ਸਹਿਮਤੀ ਲੈ ਕੇ ਅਤੇ ਮੈਂ ਇਲੈਕਸ਼ਨ ਜਿੱਤ ਸਕਦੀ ਹਾਂ। ਇਸ ਨੇ 1 ਜੂਨ ਤੋਂ ਵੀ ਪਹਿਲਾਂ 18 ਮਹੀਨੇ ਪਹਿਲਾਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ 1 ਜੂਨ ਦਾ ਦਿਨ ਜਦੋਂ ਆਇਆ 1984 ਦਾ, ਫੌਜਾਂ ਨੇ ਦਰਬਾਰ ਸਾਹਿਬ ਜੀ ਦੇ ਉੱਤੇ ਦਿਨ ਦੇ 12 ਵਜੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਗੋਲਾਬਾਰੀ ਚੱਲਦੀ ਰਹੀ ਸ਼ਾਮ ਤੱਕ ਅਤੇ ਇਸ ਦੇ ਵਿੱਚ ਪਹਿਲੇ ਦਿਨ 11 ਸ਼ਹੀਦ ਹੋਏ, ਜਿਸ ਦੇ ਵਿੱਚ ਇੱਕ ਬੱਚਾ, ਇੱਕ ਬੀਬੀ ਅਤੇ ਬਾਕੀ ਸਿੰਘ ਸ਼ਹੀਦ ਹੋਏ। 4 ਤਰੀਕ ਨੂੰ ਜਿਹੜੀ ਕਾਂਗਰਸ ਪਾਰਟੀ ਸੀ, ਇੰਦਰਾ ਗਾਂਧੀ ਸੀ, ਇਸ ਨੇ ਸਾਰੇ ਕਰਫਿਊ ਲਗਾ ਦਿੱਤਾ ਗਿਆ ਤਾਂ ਕਿ ਜਿਹੜੀਆਂ ਸੰਗਤਾਂ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈਆਂ ਸਨ ਉਹ ਵਾਪਸ ਨਾ ਜਾ ਸਕਣ, ਅਤੇ ਜਿਹੜੀ ਲੱਖਾਂ ਦੇ ਹਿਸਾਬ ਨਾਲ ਜਿਹੜੀ ਫੌਜ ਸੀ ਉਸ ਨੂੰ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਕਰਨ ਵਾਸਤੇ ਬੁਲਾ ਲਿਆ ਗਿਆ ਟੈਂਕਾਂ ਤੋਪਾਂ ਦੇ ਨਾਲ। ਫਿਰ 5 ਤਰੀਕ ਨੂੰ ਅਤੇ 6 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਬੋਲ ਦਿੱਤਾ ਗਿਆ। ਇਸ ਦੇ ਵਿੱਚ ਜਿਹੜੇ 250-300 ਸਿੰਘ ਸਨ ਉਹ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਆਈਆਂ ਹੋਈਆਂ ਫੌਜਾਂ ਸਨ ਇਹਨਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਇਸ ਤਰ੍ਹਾਂ ਇਹ ਕਾਂਗਰਸ ਪਾਰਟੀ ਨੇ, ਇੰਦਰਾ ਗਾਂਧੀ ਨੇ ਸਿੱਖ ਕੌਮ ਦਾ ਇਹ ਘਾਣ ਕੀਤਾ, ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸੋ ਮੈਂ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਹੁਣ ਵੀ ਤੁਹਾਡੀ ਜਿਹੜੀ ਇਲੈਕਸ਼ਨ ਹੋਣੀ ਹੈ, ਜਿਹੜੀਆਂ ਵੋਟਾਂ ਪੈਣੀਆਂ ਹਨ ਉਹ 1 ਜੂਨ ਨੂੰ ਪੈਣੀਆਂ ਹਨ, ਅਤੇ 1 ਜੂਨ ਦਾ ਦਿਨ ਜਿਹੜਾ ਹੈ ਇਸ ਨੂੰ ਯਾਦ ਰੱਖੋ। ਪਹਿਲਾਂ 40 ਸਾਲ ਹੋ ਗਏ ਹਨ ਸਾਨੂੰ ਸਿੱਖ ਕੌਮ ਨੂੰ, ਸਾਡੇ ਗੁਰੂ ਧਾਮਾਂ ਦੀ ਹੋਈ ਬੇਅਦਬੀ ਦਾ, ਸਿੱਖ ਕੌਮ ਦੇ ਹੋਏ ਘਾਣ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ, ਅਤੇ ਫਿਰ ਕਿਤੇ ਗਲਤੀ ਦੇ ਨਾਲ ਵੀ ਇਸ ਕਾਂਗਰਸ ਪਾਰਟੀ ਨੂੰ ਕਿਤੇ ਵੋਟ ਪਾਉਣ ਦੀ ਕੋਸ਼ਿਸ਼ ਨਾ ਕਰਿਓ। ਅਤੇ ਇਹਨੂੰ ਯਾਦ ਰੱਖਿਓ ਕਿ 1984 ਦੇ ਵਿੱਚ 1 ਜੂਨ ਨੂੰ ਇਸ ਇੰਦਰਾ ਗਾਂਧੀ ਨੇ, ਇਸ ਕਾਂਗਰਸ ਪਾਰਟੀ ਨੇ ਸਾਡਾ ਇੰਨਾ ਨੁਕਸਾਨ ਕੀਤਾ ਸੀ। ਇਸ ਨੂੰ ਹਮੇਸ਼ਾ ਯਾਦ ਰੱਖਿਓ ਅਤੇ ਆਪਣੀ ਵੋਟ ਦਾ, ਆਪਣੀ ਸੂਝਬੂਝ ਦੇ ਨਾਲ ਇਸਤੇਮਾਲ ਕਰਿਓ। ਸੋ ਯਾਦ ਰੱਖਿਓ 1 ਜੂਨ 1984 ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।